ਸ਼ਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਾਂ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਆ ਤੁਸੀਂ ਦੇਖਿਆ ਕੋਆਪਰੇਟਿਵ ਬੈਂਕ ਵਾਲੀ ਠੀਕ ਹੈ ਜੀ ਦਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਇਹਦੇ ਬਾਰੇ ਗੱਲ ਕਰਾਂਗੇ ਜੀ ਰਿਜ਼ਲਟ ਬਾਰੇ ਇਹਨਾਂ ਨੇ ਡੇਟ ਦਿੱਤੀ ਸੀ ਜੀ ਅੱਜ ਦੀ ਤੁਸੀਂ ਆ ਦੇਖ ਸਕਦੇ ਹੋ ਆ ਇੱਥੇ ਮੈਰਿਟ ਲਿਸਟ ਬਾਰੇ ਆ ਡਿਟੇਲ ਦਿੱਤੀ ਹੈ ਕਹਿੰਦੇ 13 10 ਨੂੰ ਮਤਲਬ ਕੀ ਮੈਰਿਟ ਲਿਸਟ ਪਾਦਣਗੇ ਜੀ ਇਹ ਠੀਕ ਹੈ ਹੁਣ ਇਹ ਪੱਕਾ ਤਾਂ ਨਹੀਂ ਕਹਿ ਸਕਦੇ ਵੀ ਅੱਜ ਆਊਗੀ ਬਾਕੀ ਕਿਉਂਕਿ ਕਾਰਨ ਕੀ ਹੈ ਵੀ ਕਿਉਂ ਅਸੀਂ ਕਹਿ ਰਹੇ ਆ ਵੀ ਨਹੀਂ ਆ ਸਕਦੀ ਠੀਕ ਹੈ ਉਹ ਕਾਰਨ ਦੱਸਾਂਗੇ ਜੀ ਤੁਹਾਨੂੰ ਹੁਣ ਆ ਤੁਸੀਂ ਪਹਿਲਾਂ ਉੱਪਰ ਪੜ ਸਕਦੇ ਹੋ ਜਿਹੜਾ ਨੋਟਿਸ ਇਹਨਾਂ ਨੇ ਜਾਰੀ ਕਰਿਆ ਜੀ ਠੀਕ ਹੈ ਤੁਸੀਂ ਆ ਦੇਖ ਸਕਦੇ ਹੋ ਜੀ ਇੱਕ ਨਵਾਂ ਨੋਟਿਸ ਜਿਹੜਾ ਇਹਨਾਂ ਨੇ ਹੱਕ ਦਿੱਤਾ ਜੀ ਇਹਦੇ ਵਿੱਚ ਕੀ ਦੱਸਿਆ ਗਿਆ ਜੀ ਸਪੋਰਟਸ ਪਰਸਨ ਕੈਟਾਗਰੀ ਵਾਸਤੇ ਆ ਜੀ ਇੱਕ ਐਕਸ ਸਰਵਿਸਮੈਨ ਕੈਟਾਗਰੀ ਵਾਸਤੇ ਇਹ ਠੀਕ ਹੈ ਜੀ ਇਹਦੇ ਵਿੱਚ ਕੀ ਦੱਸਿਆ ਗਿਆ ਇਹਨਾਂ ਨੇ ਇਹ ਜਿਹੜੇ ਕੁਝ ਸਰਟੀਫਿਕੇਟ ਨੇ ਜਿਹੜੇ ਇਹਨਾਂ ਨੇ ਮੰਗੇ ਨੇ ਜੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਗਾਰਡਿਸ਼ਨ ਸਪੋਰਟ ਮਤਲਬ ਸਪੋਰਟਸ ਗਾਰਡਿਸ਼ਨ ਸਰਟੀਫਿਕੇਟ ਮੰਗਿਆ ਜੀ ਇਹਨਾਂ ਨੇ ਅਲੋਂਗ ਵਿਦ ਦਾ ਡਾਕੂਮੈਂਟਸ ਠੀਕ ਹੈ ਜੀ ਇਹ ਜ਼ਰੂਰੀ ਹੈ ਜੀ ਇਹਨਾਂ ਕਿੰਨਾ ਕਿੰਨਾ ਵਾਸਤੇ ਸਬ ਕੈਟਾਗਰੀ ਤੁਸੀਂ ਦੇਖੋ ਐਸਸੀ ਕੈਂਡੀਡੇਟ ਫੋਰ ਮਜਵੀ ਐਂਡ ਆਦਰਸ ਠੀਕ ਹੈ ਜੀ ਰਮਦਾਸ ਐਂਡ ਆਦਰਸ ਇਹ ਦੋ ਕੈਟਾਗਰੀ ਵਾਸਤੇ ਮੰਗਿਆ ਇਹਨਾਂ ਨੇ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਐਕਸ ਸਰਵਿਸਮੈਨ ਵਾਸਤੇ ਏਕ ਹੀ ਮੰਗਿਆ ਜੀ ਇਹ ਆਹਾ ਐਲ ਡੀ ਸੀ ਦਾ ਸਰਟੀਫਿਕੇਟ ਮੰਗਿਆ ਜੀ ਇਹਨਾਂ ਨੇ ਠੀਕ ਹੈ ਇਹ ਕਿੰਨਾ ਕਿੰਨਾ ਵਾਸਤੇ ਸਬ ਕੈਟਾਗਰੀ ਤੁਸੀਂ ਦੇਖ ਸਕਦੇ ਹੋ ਐਕਸ ਸਰਵਿਸਮੈਨ ਮਜ਼ਬੀ ਐਨ ਆਉਡਸ ਰਮਦਾਸ ਐਨ ਆਉਡਸ ਦੋਨਾਂ ਵਾਸਤੇ ਮੰਗੇ ਹੁਣ ਇਹ ਸਰਟੀਫਿਕੇਟ ਮੰਗੇ ਨਹੀਂ ਜੀ ਨੇ ਹੁਣ ਇਹਨਾਂ ਦਾ ਸਰਟੀਫਿਕੇਟਾਂ ਦਾ ਕਰਨਗੇ ਕੀ ਜੀ ਕਰਨਾ ਕੀ ਹੈ ਤਾਂ ਉਹਨੇ ਜਿਹੜੇ ਜਿਹੜੇ ਐਕਸ ਸਰਵਿਸਮੈਨਸ ਨੇ ਤੇ ਤੇ ਇੱਕ ਸਪੋਰਟਸ ਪਰਸਨ ਨੇ ਉਹ ਕੀ ਕਰਨਗੇ ਜੀ ਆਹ ਈਮੇਲ ਆਈਡੀ ਦਿੱਤੀ ਹੋਈ ਨੇ ਸਪੋਰਟਸ ਪਰਸਨ ਕੈਟਾਗਰੀ ਵਿੱਚ ਤੇ ਆਹ ਈਮੇਲ ਦਿੱਤੀ ਹੋਈ ਹੈ ਐਕਸ ਸਰਵਿਸਮੈਨਾਂ ਦੇਖ ਸਕਦੇ ਹੋ ਜੀ ਕੈਟਾਗਰੀ ਵਾਸਤੇ ਆਹ ਈਮੇਲ ਦਿੱਤੀ ਹੋਈ ਹੈ ਇਹ 18-10 ਤੋਂ ਪਹਿਲਾਂ ਪਹਿਲਾਂ ਅਪਲਾਈ ਮਤਲਬ ਸੈਂਡ ਕਰ ਦੇਣ ਜਿਨ੍ਹਾਂ ਨੂੰ ਪੀਡੀਐਫ ਦੇ ਰੂਪ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਤਾਂ ਨੂੰ ਪਤਾ ਲੱਗ ਗਿਆ ਵੀ ਜਿੰਨਾਂ ਤੱਕ ਇਹ ਕਲੀਅਰ ਨਹੀਂ ਹੁੰਦਾ ਸ਼ਾਇਦ ਇਹ ਮੇਰੇ ਹਿਸਾਬ ਨਾਲ ਅੱਗੇ ਹਜੇ ਅਪਲੋਡ ਕਰਨਗੇ ਜੀ ਮਤਲਬ ਟਾਈਮ ਹੋਰ ਮੰਗਣਗੇ ਡਿਲੇ ਕਰਨਗੇ ਇਹ ਰਿਜ਼ਲਟ ਨੂੰ ਠੀਕ ਹੈ ਜੀ ਚਾਂਸ ਹੈਗੇ ਨੇ ਜੀ ਫੁੱਲ ਪਰਸੈਂਟ ਫੁੱਲ ਵੀ ਤੁਹਾਡਾ ਸ਼ਾਇਦ ਇਹ ਆਵੇ ਬਾਕੀ ਜੇ ਆਉਂਦੀ ਐ ਅਸੀਂ ਨਾਲ ਦੀ ਨਾਲ ਅਪਡੇਟ ਦੇਵਾਂਗੇ ਤੁਹਾਨੂੰ ਇਸ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਨੂੰ ਨੋਟੀਫਿਕੇਸ਼ਨ ਪਹੁੰਚਦੀ ਰਹੇ ਨਾਲੇ ਬੈਲ ਆਈਕਨ ਵੀ ਔਨ ਕਰ ਲਿਆ ਕਰੋ ਨਾਲ ਦੀ ਨਾਲ ਤੁਹਾਡੇ ਲਈ ਵੀਡੀਓ ਪਹੁੰਚੇ ਤਾਂ ਜੋ ਤੁਸੀਂ ਨਾਲ ਦੇ ਚੈੱਕ ਕਰੋ ਆਪਾਂ ਵੀਡੀਓ ਪਾਵਾਂਗੇ ਜੀ ਕਿਵੇਂ ਚੈੱਕ ਕਰਨਾ ਸਾਰੇ ਚੀਜ਼ ਠੀਕ ਹੈ ਹਰੇਕ ਅਪਡੇਟ ਤੁਹਾਨੂੰ ਛੋਟੀ ਤੋਂ ਛੋਟੀ ਅਪਡੇਟ ਅਸੀਂ ਇਸੇ ਚੈਨਲ ਤੇ ਪਾਉਂਦੇ ਰਹਿੰਦੇ ਹਾਂ ਜੀ ਤੁਹਾਨੂੰ ਠੀਕ ਹੈ ਜੀ ਤੁਹਾਡੀ ਹੈਲਪ ਦੇ ਬਣਾਇਆ ਹੋਇਆ ਜੀ ਚੈਨਲ ਇਹ ਤੁਹਾਡਾ ਆਪਣਾ ਚੈਨਲ ਹੈ ਜੀ ਠੀਕ ਹੈ ਮੰਨ ਕੇ ਚੱਲੋ ਤੇ ਤੁਹਾਡਾ ਛੋਟਾ ਵੀ ਚਾਹ ਲਓ ਵੱਡਾ ਲਾ ਲਓ ਠੀਕ ਤੇ ਬਾਕੀ ਹੋਰ ਵੀ ਕੋਈ ਕੁਐਸਚਨ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਾਕੀ ਆਪਣਾ ਟੈਲੀਗ੍ਰam ਚੈਨਲ ਹੈ ਜੋ ਜੁਆਇਨ ਕਰ ਲਓ ਤੇ ਇੰਸਟਾ ਨੂੰ ਆਪਾਂ ਨੂੰ ਫੋਲੋ ਕਰ ਲਓ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਬਸਕ੍ਰਾਈਬ ਜ਼ਰੂਰ ਕਰ ਲੈ ਆਪਣੇ ਚੈਨਲ ਨੂੰ ਜੀ